ਅਤੇ ਹੈ ਨਾ। ਨਮਸਕਾਰ ਜੀ, ਮੈਂ ਪਿੰਡ ਰੇੜੂਪੱਤੀ ਤੋਂ ਮਹਿੰਦਰ ਸਿੰਘ ਬੋਲਦਾ ਪਿਆ ਜੀ। ਅੱਜ ਸਵੇਰੇ ਬਹੁਤ ਜ਼ਿਆਦਾ ਬਰਫ਼ਬਾਰੀ ਇੱਥੇ ਹੋਈ ਹੈ ਜੀ। ਇਸ ਤੋਂ ਕੁਛ ਦੇਰ ਪਹਿਲੇ ਕੋਈ 10-12 ਸਾਲ ਪਹਿਲੇ ਵੀ ਹੋਈ ਸੀਗੀ, ਜਿਹਦੇ ਵਿੱਚ ਬਰਫ਼ ਨੇ ਬਹੁਤ ਜ਼ਿਆਦਾ ਸਾਡਾ ਨੁਕਸਾਨ ਕੀਤਾ ਸੀਗਾ, ਅਤੇ ਜਿਨ੍ਹਾਂ ਕਰਕੇ ਸਾਡੇ ਜਿਹੜੇ ਰਹਿਣ ਬਸੇਰੇ ਹੈ ਇਹ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਹੈ, ਇਹਨਾਂ ਬਾਰੇ ਕੁਛ ਵਿਚਾਰ ਕੀਤਾ ਜਾਣਾ ਚਾਹੀਦਾ। ਜਿਹੜੀ ਅੱਜ ਇੱਥੇ ਬਰਫ਼ ਪਈ ਹੈ ਸਵੇਰੇ ਤਕਰੀਬਨ 5 ਵਜੇ, ਬਹੁਤ ਹੀ ਅਚਾਨਕ ਬੱਦਲ ਗਰਜਣ ਦੇ ਨਾਲ ਹੀ ਪੈਣੀ ਚਾਲੂ ਹੋ ਗਈ, ਅਤੇ ਉਹ ਜਿਹਦੇ ਵਿੱਚ ਕਿ ਕੋਈ ਐਡਾ ਵੱਡਾ ਨੁਕਸਾਨ ਤਾਂ ਕੋਈ ਨਹੀਂ ਹੋਇਆ। ਅੱਜ ਤੋਂ 6 ਸਾਲ ਪਹਿਲੇ ਵੀ ਬਰਫ਼ ਪਈ ਸੀਗੀ ਇੱਥੇ, ਅਤੇ ਉਹਦੇ ਨਾਲ ਤਾਂ ਬਹੁਤ ਨੁਕਸਾਨ ਹੋਇਆ ਸੀ, ਰੁੱਖ ਦਰਖਤ ਸਾਰੇ ਭੱਜ ਟੁੱਟ ਗਏ ਸੀਗੇ, ਅਤੇ ਉਹਦੇ ਕਰਕੇ ਸਾਨੂੰ ਇਸ ਵਾਰੀ ਬਹੁਤ ਖੁਸ਼ੀ ਹੈ। ਵੈਸੇ ਦੁਬਾਰਾ ਪਈ ਹੈ ਪਰ ਇਹ ਸਵੇਰੇ 5 ਵਜੇ ਪਈ ਸੀ, ਹਾਲੇ ਵੀ ਦੇਖੋ ਇਹ ਘੱਟੋ ਘੱਟ 9-10 ਇੰਚ ਹਾਲੇ ਵੀ ਜ਼ਮੀਨ 'ਤੇ ਜੰਮੀ ਹੋਈ।